प्यारे भाओ सब इतने शिकागो किटे हुए तो सारे सब वा एक ऐसा मौका है जो भी अस मिलजुल के रब के बारे कुछ जानकारी प्राप्त कर सकते हैं जिंदगी ਵਿਚ ਇਸੇ ਬੋਧ ਕੋ ਸਿੱਖਨੇ ਆ ਜਿਹੜੇ ਬੱਚਾ ਥੋੜਾ ਵੱਡਾ ਹੁੰਦਾ ਹੈ ਤਉਨੂੰ ਜਿਸ ਦੇ ਸੂਚੀ ਉਹ ਪੈਦਾ ਹੋਏ ਉਹਨੂੰ ਉਥੇ ਦੀ ਲੈਂਗੁਏਜ ਸਿਖਾਈ ਜਾਂਦੀ ਹੈ ਜੇ ਛੋਟੇ ਛੋੜੇ ਉਥੇ ਲਫ਼ਜ਼ ਉਹਦੇ ਬਾਅਦ ਸੈਂਟੈਂਸ ਬੰਦਨ ਤੇ ਉਹਦੇ ਦਰਿਏ ਇਨਸਾਨ ਜਿਸ ਮਾਹੌਲ ਵਿੱਚ ਜਿੰਦਾ ਹੈ ਉਹਦੀ ਜਾਣਕਾਰੀ ਪਾਣੀ ਸ਼ੁਰੂ ਕਰ ਦਿੰਦਾ ਹੈ ਔਰ ਜਿਸ ਪਾਸੇ ਅਸੀਂ ਧਿਆਨ ਜ਼ਿਆਦਾ ਦਿੰਨੇ ਆ ਉਹ ਉਹ ਚੀਜ਼ਾਂ ਸਾਨੂੰ ਸਮਝ ਜ਼ਿਆਦਾ ਆਉਣੀਆਂ ਸ਼ੁਰੂ ਹੁੰਦੀਆਂ ਕਿਉਂਕਿ ਅਸੀਂ ਸਿਰਫ ਮਨ ਇੰਦਰੀਆਂ ਦੇ ਘਾੜਤੀ ਜਿੰਦੇ ਰਹਨੇ ਆ ਤੇ ਸਾਨੂੰ ਇਹ ਹੀ ਲੱਗਦਾ ਹੈ ਕਿ ਜੋ ਕੁਝ ਉਹਨਾਂ ਦੇ ذریعے ਸਾਨੂੰ ਐਕਸਪੀਰੀਅੰਸ ਹੋ ਰਿਹਾ ਹੈ ਉਹੀ ਸਹੀ ਹੈਗਾ ਤੇ ਵਸਾਰਾ ਸਾਡਾ ਜਿਹੜਾ ਟਾਈਮ ਹੈ ਉਹ ਸਿਰ ਬਾਹਰ ਦੀ ਚੀਜ਼ਾਂ ਵਿੱਚ ਹੀ ਗੁਜ਼ਰ ਜਾਂਦਾ ਹੈ ਮਹਾਪੁਰ ਜਸਵੀ ਸਰਥੀ ਤੇ ਆਏ ਗਏ ਤੇ ਬਾਰ 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 ਉਹ ਸਾਨੂੰ ਸਮਝਾਉਂਦੇ ਚਲੇ ਆਣ ਕਿ ਅਗਰ ਜ਼ਿੰਦਗੀ ਸਹੀ ਤਰੀਕੇ ਨਾਲ ਜਿਣੀ ਹੈ ਤੇ ਸਾਨੂੰ ਆਪਣੇ ਅੰਦਰ ਜੋ ਰੱਬ ਦਾ ਪਿਆਰ ਹੈ ਉਹਦੀ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਹੁੰਦਾ ਸਾਨੂੰ ਐਕਸਪੀਰੀਅੰਸ ਹੋਣਾ ਚਾਹੀਦਾ ਕਿਉਂਕਿ ਸਾਰੀ ਸ੍ਰਿਸ਼ਟੀ ਜਿਹੜੀ ਬਣਾਈ ਗਈ ਹੈ ਉਹ ਰੱਬ ਦੇ ਪਿਆਰ ਕਰਕੇ ਹੀ ਬਣੀ ਹੋਈ ਹੈ ਆ ਬੜੀ ਵਾਰ ਇਹ ਵੀ ਸਮਝਾਇਆ ਜਾਂਦਾ ਹੈ ਕਿ ਕਰਤਾ ਪੁਰਖ ਜਿਨੇ ਸਭ ਕੁਝ ਬਣਾਇਆ प्यार ਨਾਲ ਪਰਪੂਰ ਹੈ ਤੇ ਅਸੀਂ ਜੋ ਕਿ ਚਾਏ ਅਲੰਗਲਗ ਰੂਪਾਂ ਵਿੱਚ ਜੀ ਰਹੇ ਹੋਏ ਅਸੀਂ ਵੀ ਉਹਨਾਂ ਦੇ ਪਿਆਰ ਦੇ ਇੱਕ ਛੋਟੀ ਜੀ ਬੂੰਦ ਹੈਗੇ ਹਾਂ ਉਹ ਮਾ ਸਾਗਰ ਹੈਗੇ ਅਸੀਂ ਛੋਟੀ ਜੀ ਬੂੰਦ ਹੈਗੇ ਹਾਂ ਤੇ ਉਹ ਇਨਸਾਨ ਜੋ ਕਿ ਰੱਬ ਦੇ ਪਿਆਰ ਨੂੰ ਸਮਝ ਪਾਇਆ ਜਿਨੇ ਆਪਣੀ ਜ਼ਿੰਦਗੀ ਪਿਆਰ ਦੇ ਮੁਤਾਬਕ ਚਲਾਈ ਉਹ ਆਪਣੀ ਮੰਜ਼ਿਲ ਤੱਕ ਜ਼ਰੂਰ ਪਹੁੰਚੇਗਾ ਬੱਚਾ ਜੇ ਥੋੜਾ ਵੱਡਾ ਹੁੰਦਾ ਹੈ ਤੇ ਉਹਦਾ ਪਿਆਰ ਸਭ ਤੋਂ ਪਹਿਲੇ ਤੇ ਆਪਣੇ ਮਾਪੇ ਨਾਲ ਹੁੰਦਾ ਹੈ ਜਿੱਦ ਜਿਹੜਾ ਹੋਰ ਵੱਡਾ ਹੋਇਆ ਅਗਰ ਪਹਿਣ ਪੜਾ ਗਏ ਉਹਨਾਂ ਦੇ ਨਾਲ ਪਿਆਰ ਪੈਦਾ ਹੋ। ਫਿਰ ਜੋ ਉਹਦੇ ਘਰ ਵਿੱਚ ਰਹਿ ਰਹੇ ਨਾ ਅਗਰ ਰਿਸ਼ਤੇਦਾਰ ਅਗਨ ਦਾਦਾ ਦਾਦੀ ਨਾਨਾ ਨਾਨੀ ਜਾਂ ਕੋਈ ਹੋਰ ਤਾਂ ਉਹਨਾਂ ਦੇ ਨਾਲ ਬੱਚੇ ਦਾ ਪਿਆਰ ਵੱਧਾ ਚਲਾ ਜਾਂਦਾ। ਜਿੱਦ ਜਿੰ ਬੱਚਾ ਥੋੜਾ ਹੋਰ ਵੱਡਾ ਹੁੰਦਾ ਹੈ ਤਾਂ ਉਹਦਾ ਪਿਆਰ ਆਪਣੇ ਜਿਹੜੇ ਉਹਦੇ ਦੋਸਤ ਬੰਦਨ ਚਾਹ ਸਕੂਲ ਵਿੱਚ ਹੋਣ ਚਾਹ ਘਰ ਵਿੱਚ ਆਸਪਾਸ ਰਹਿੰਦੇ ਉਹਨਾਂ ਨਾਲ ਹੁੰਦੇ प्यार बनना शुरू हो जाता है और जब वो बच्चा नौजवान हो जाता है और ऐसा समय आंदा है कि ज लगे कि ਹੁਣ ਵਿਆਹ ਕਰਨਾ ਜ਼ਰੂਰੀ ਹੈਗਾ ਤੇ ਫਿਰ પતિ ਪਤਨੀ ਹਸਬੰਡਰ ਵਾਈਫ ਦੇ ਵਿੱਚ ਪਿਆਰ ਹੋਣਾ ਸ਼ੁਰੂ ਹੋ ਜਾਂਦਾ ਹੈ। ਹੋਰ ਲਾਈਫ ਵਿੱਚ ਅਸੀਂ ਦੇਖਦੇ ਸਿਰਫ ਪਿਆਰ ਸੜਾ ਇਨਸਾਨਾਂ ਨਾਲ ਹੀ ਨਹੀਂ ਬਹੁਤ ਸਾਰੇ ਲੋਕ ਹੈ ਜੋ ਕਿ ਕਾਰਵਿਚ ਅਗਰ ਕਿਸ ਨੇ ਕੁੱਤਾ ਪਾਲਾ ਹੋਇਆ ਹੈ ਜਾਂ ਬਿੱਲੀ ਪਾਲੀ ਹੋਈ ਹੈ ਜਾਂ ਕੋਈ ਹੋਰ ਪੈਟ ਪਾਲਾ ਹੋਇਆ ਉਹਨਾਂ ਨਾਲ ਵੀ ਇਨਸਾਨ ਦਾ ਪਿਆਰ ਕਾਫੀ ਗਹਿਰਾ ਹੋਣਾ ਸ਼ੁਰੂ ਹੋ ਜਾਂਦਾ ਹੈ। ਉਹ ਫਿਰ ਅਗਰ ਅਸੀਂ ਦੇਖੀਏ ਕਿ ਰੋਜ਼ਾਨਾ ਸਾਡਾ ਸਮਾਂ ਕਿਸ ਪਾਸਾ ਲੱਗਦਾ ਹੈ ਤੁਸੀਂ ਦੇਖਨੇ ਕਿ ਬਹੁਤ ਸਾਰਾ ਟਾਈਮ ਸਾਡਾ ਜਿਹੜਾ ਹੈ ਉਹ ਉਹਨਾਂ ਚੀਜ਼ਾਂ ਦੇ ਨਾਲ ਲੱਗਦਾ ਹੈ ਜਿਨ੍ਹਾਂ ਨੂੰ ਅਸੀਂ ਪਿਆਰ ਕਰਨਾ ਚਾਹੇ ਕੋਈ ਆਬਜੈਕਟਸ ਹੋਣ ਜਿਨ੍ਹਾਂ ਨੂੰ ਆਪਣੇ ਫੋਨ ਦੇ ਨਾਲ ਪਿਆਰ ਹੈ ਉਹ ਸਵੇਰ ਤੋਂ ਰਾਤ ਫੋਨਾਂ ਦੇ ਲੱਗੇ ਰਹਿੰਦੇ ਨੇ ਜਿਨ੍ਹਾਂ ਨੂੰ ਕੰਪਿਊਟਰ ਦੇ ਨਾਲ ਪਿਆਰ ਹੈ ਉਹ ਤੇ ਲੱਗੇ ਰਹਿੰਦੇ ਨੇ ਜਿਹਨੂੰ ਕੋਈ ਹੋਰ ਚੀਜ਼ ਚੰਗੀ ਲੱਗੇ ਕਿਸੇ ਨੂੰ ਲੱਗਦਾ ਮੋਟਰਸਾਈਕਲ ਬੜੀ ਚੰਗੀ ਹੈ ਤਾਂ ਮੋਟਰਸਾਈਕਲ ਨੂੰ ਚਮਕਾਉਂਦੇ ਰਹਿੰਦੇ ਸਾਰੇ ਦਿਨ ਨੂੰ ਪਿਆਰ ਕਰਦੇ ਨੇ ਤੇ ਤਰ੍ਹਾਂ ਤਰ੍ਹਾਂ ਦੇ ਆਬਜੈਕਟਸ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਨਾਲ ਲਗਾਵ ਹੋ ਜਾਂਦਾ ਸਾਨੂੰ ਪਿਆਰ ਹੋ ਜਾਂਦਾ ਹੈ ਫਿਰ ਉਸੀ ਚੀਜ਼ ਨੂੰ ਅਸੀਂ ਸੋਚਿਆ ਕਿ ਸਾਡੇ ਨਜ਼ਦੀਕ ਹੈ ਤੇ ਮੈਂ ਇੱਕ ਦੋ ਦੋਏ ਕਬੀਰ ਸਾਹਿਬ ਦੇ ਹਲਾਣਾ ਚਾਹਾਂਗਾ ਦਿਨਾਂ ਦੇ ذریعے ਉਹ ਸਮਝਾ ਰਹੇ ਹਨ ਕਿ ਸਾਨੂੰ ਪਿਆਰ ਕਰਨਾ ਕਿਸ ਨਾਲ ਚਾਹੀਦਾ ਹੈ ਅਸੀਂ ਜੋ ਕਿ ਦੁਨੀਆ ਦੀ ਚੀਜ਼ਾਂ ਨਾਲ ਪਿਆਰ ਕਰਦੇ ਰਹਿੰਦੇ ਹਾਂ ਉਹਦੇ ਬਾਰੇ ਕਬੀਰ ਸਾਹਿਬ ਨੇ ਬੜਾ ਪਿਆਰ ਨਾਲ ਸਮਝਾਇਆ कि सा प्यार किस पास होना चाहिए तो कबीर सर फरमाना है कि कर साहेब से प्रीत रेमन कर साहेब से प्रीत वो तो हैं अगर प्यार करना है तो उस मालिक नाल पिता पर मेशर दे नाल रब नाल प्यार करो ਔਰ ਇਹਨੂੰ ਦੋ ਵਾਰੀ ਕਹਿ ਰਹੇ ਨੇ ਕਿ ਕਰ ਸਾਹਿਬ ਸੇ ਪ੍ਰੀਤ ਰਹਿਮਨ ਕਰ ਸਾਹਿਬ ਸੇ ਪ੍ਰੀਤ ਰਿਪੀਟ ਕਰ ਰਹੇ ਨੇ ਇਸ ਲਈ ਕਿ ਉਹ ਚੰਦਨ ਕਿ ਅਸੀਂ ਇਹਨੂੰ ਭੁੱਲੀਏ ਨਾ ਇਹਨੂੰ ਸਹੀ ਤਰੀਕੇ ਨਾਲ ਸਮਝੀਏ ਐਮਫਸਿਸ ਜਿਆਦਾ ਇਸ ਲਈ ਦਿੱਤਾ ਜਾ ਰਿਹਾ ਹੈ ਕਿ ਇਹ ਚੀਜ਼ ਬੜੀ ਜ਼ਰੂਰੀ ਹੈ ਔਰ ਇਹਨੂੰ ਸਮਝਣਾ ਵੀ ਜ਼ਰੂਰੀ ਹੈ ਔਰ ਜਿਨੇ ਰਬ ਨਾਲ ਪਿਆਰ ਕੀਤਾ ਉਹ ਜਿਸ ਮਕਸਦ ਤੇ ਇਸ ਧਰਤੀ ਤੇ ਆਇਆ ਉਹਦਾ ਮਕਸਦ ਪੂਰਾ ਹੋਏਗਾ ਜਦ ਅਸੀਂ ਸੋਚਨੇ ਆ ਕਿ ਰੱਬ ਦੇ ਨਾਲ ਪਿਆਰ ਕਰਨਾ ਜ਼ਰੂਰੀ ਕਿਉਂ ਹੈ ਤੇ ਸਾਨੂੰ ਇਹ ਸੋਚਣਾ ਚਾਹੀਦਾ ਕਿ ਅਸੀਂ ਜਿਸ ਚੀਜ਼ ਨਾਲ ਵੀ ਪਿਆਰ ਕਰਨੇ ਆ ਇਸ ਦੁਨੀਆ ਵਿੱਚ ਚਾਹੇ ਉਹ ਕੋਈ ਦੂਜਾ ਇਨਸਾਨ ਹੋਵੇ ਜਾਂ ਕੋਈ ਜਾਨਵਰ ਹੋਵੇ ਪਰਿੰਦਾ ਹੋਵੇ ਜਾਂ ਕੋਈ ਚੀਜ਼ ਹੋਵੇ ਜਿਹਨੂੰ ਸਾਨੂੰ ਬੜੀ ਚੰਗੀ ਲੱਗਦੀ ਹੈ ਉਹਦੇ ਬਗੈਰ ਜੀ ਜੀ ਨਹੀਂ ਪੰਦੇ ਤੇ ਜਦੋਂ ਨਾਲ ਪਿਆਰ ਕਰਨੇ ਤਾਂ ਹੁੰਦਾ ਕੀ ਹੈ ਟਾਈਮ ਦੇ ਨਾਲ ਕੋਈ ਹੋਰ ਇਨਸਾਨ ਅਜੀਬ ਹੋ ਗਿਆ ਹੋ ਸਕਦਾ ਹੈ ਕਿ ਉਹ શરીર ਨੂੰ ਛੋੜ ਗਏ ਹੋ ਉਹ ਨਾ ਰਹਿਣ ਤੇ ਜਿੰਨਾ ਜ਼ਿਆਦਾ ਲਗਾਵ ਉਹ ਨਾਲਾ ਉਤਨਾ ਜ਼ਿਆਦਾ ਦੁਖਦਰਦ ਜਿੰਨੀ ਉਹਨਾਂ ਦੀ ਨਜ਼ਦੀਕੀ ਉਤਨਾ ਹੀ ਦਰਦ ਇਨਸਾਨ ਨੂੰ ਹੁੰਦਾ ਹੈ अगर कोई भी चीज़ है दुनिया की वो थोड़ी देर वास्ते ही आती है उन्हें ज़्यादा देर वास्ते टिकना नहीं हर एक चीज़ जड़ता की बनी हुई है और सर्टेन टाइम थोड़ी जी समय वास्ते ही रहती और जब उन्हें लगाव करने हैं तो फिर यह भी हो सकता है कि या तो चीज़ साढ़े को परी चली गई ਜਦ ਕਿ ਸਾਨੂੰ انسان ਪਿਆਰ ਕਰ ਰਿਹਾ ਹੋਵੇ ਚੀਜ਼ੋ ਤੋਂ ਕੁਲ परे ਹੋ ਜਾਏ ਉਹਦਾ ਵੀ ਬੰਦੇ ਨੂੰ ਬਹੁਤ ਤਕਲੀਫ ਹੁੰਦੀ ਹੈ। ਔਰ ਇਹ ਵੀ ਕੇਸ ਵੀ ਨਹੀਂ ਹੁੰਦਾ ਕਿ ਜਿਨ੍ਹਾਂ ਨਾਲ ਅਸੀਂ ਪਿਆਰ ਕਰ ਰਹੇ ਹਾਂ ਕੋਨੋਂ ਕੋਈ ਜ਼ਿੰਦਗੀ ਕੋਈ ਮਿਸ ਅੰਡਰਸਟੈਂਡਿੰਗ ਹੋ ਗਈ। ਜਿਸ ਕਰਕੇ ਇਨਸਾਨ ਉਹਨਾ ਤੋਂ ਦੂਰ ਹੋ ਗਿਆ। ਤੇ ਕਬੀਰ ਸਾਹਿਬ ਸਾਨੂੰ ਇਹ ਸਮਝਾ ਰਹੇ ਨੇ ਕਿ ਜਦ ਅਸੀਂ ਪਿਆਰ ਉਹਨਾਂ ਚੀਜ਼ਾਂ ਨਾਲ ਕਰਦੇ ਆ ਜਿਹੜੀਆਂ ਕਿ ਥੋੜੀ ਦੇਰ ਵਾਸਤੇ ਆ ਗਿਆ ਤੇ ਫਿਰ ਉਹ ਸਾਨੂੰ ਸਦਾ ਸਦਾ ਵਾਸਤੇ ਸੁੱਖ ਚਾਂ ਦੇ ਨਹੀਂ ਸਕਦੀਆਂ ਥੋੜੀ ਦੇਰ ਵਾਸਤੇ ਸਾਇਦ ਸਾਨੂੰ ਆਰਾਮ ਆਏ ਲੇਕਿਨ ਉਹਨਾਂ ਨੇ ਟਿਕਣਾ ਨਹੀਂ ਔਰ ਉਹ ਇਨਸਾਨ ਜਿਹੜਾ ਰੱਬ ਦੇ ਨਾਲ ਪਿਆਰ ਕਰਦਾ ਹੈ ਰਬ ਜਿਨ੍ਹਾਂ ਨੇ ਸ੍ਰਿਸ਼ਟੀ ਸ਼ੁਰੂ ਕੀਤੀ ਜਿਨ੍ਹਾਂ ਬਾਰੇ ਚਾਹੇ ਆਸ ਸੱਚ ਜੁਗਾਸ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਕਿ ਸ੍ਰਿਸ਼ਟੀ ਦੇ ਸ਼ੁਰੂਆਤ ਵਿੱਚ ਪਿਤਾ ਪਰਮੇਸ਼ਰ ਸਿਗੇ ਆਜ ਅਗੈ ਸ੍ਰਿਸ਼ਟੀ ਦੇ ਅਖੀਰ ਤੱਕ ਰਹਿਣਗੇ ਦੁਨੀਆਂ ਦੇ ਵਿੱਚ ਜਿੰਨੇ ਵੀ ਪਿਆਰ ਹੁੰਦੇ ਨੇ ਉਹ ਕੋਈ ਲੈਣ ਦੇ ਨਾ ਹੁੰਦਾ ਅਗਰ ਮਾਂ ਆਪਣੇ ਬੱਚੇ ਨੂੰ ਬਹੁਤ ਪਿਆਰ ਕਰਦੀ ਹੈ ਜਿਹੜਾ ਕਿ ਹਾਈਐਸਟ ਫਾਰਮ ਪਿਆਰ ਦਾ ਹੈਗਾ ਦੁਨੀਆ ਵਿੱਚ ਤੇ ਉਹਨੂੰ ਸ਼ਾਇਦ ਇਹ ਵੀ ਖਿਆਲ ਆਉਂਦਾ ਹੈ ਕਿ ਸ਼ਾਇਦ ਮੈਂ ਜਦ ਬਜ਼ੁਰਗ ਹੋਵਾਂਗੀ ਤੇ ਮੇਰਾ ਖਿਆਲ ਮੇਰਾ ਬੱਚਾ ਕਰੇਗਾ ਤੇ ਕੁਝ ਐਕਸਪੈਕਟੇਸ਼ਨ ਹੁੰਦੀ ਹੈ ਹਸਬੰਡ ਵਾਈਫ ਦੇ ਵਿੱਚ ਵੀ ਕੋਈ ਐਕਸਪੈਕਟੇਸ਼ਨ ਹੁੰਦੀ ਹੈ ਔਰ ਬਾਕੀ ਜਿੰਨੇ ਦੋਸਤਾਂ ਦੇ ਵਿੱਚ ਵੀ ਕੁਝ ਨਾ ਕੁਝ ਐਕਸਪੈਕਟੇਸ਼ਨ ਹੁੰਦੀ ਹੈ ਲੇਕਿਨ ਰੱਬ ਨੂੰ ਸਾਡੇ ਕੋਲ ਕੁਝ ਚਾਹੀਦਾ ਨਹੀਂ ਤੇ ਉਹ ਉਹਨਾਂ ਦਾ ਪਿਆਰ ਅਸੀਮ ਹੈ ਸਦਾ ਸਦਾ ਵਸਤੇ ਰਹਿਣ ਵਸਦਾ ਹੈ ਔਰ ਉਹਨੇ ਕਦੀ ਵੀ ਘਟਣਾ ਨਹੀਂ ਤੇ ਜਦ ਅਸੀਂ ਉਹਨਾਂ ਦੇ ਨਾਲ ਪਿਆਰ ਕਰਨੇ ਆ ਤੇ ਫਿਰ ਹੁੰਦਾ ਕੀ ਹੈ ਜਿਸ ਨਾਲ ਇਨਸਾਨ ਪਿਆਰ ਕਰਦਾ ਉਹਦੇ ਨਾਲ ਹੀ ਉਹ ਜ਼ਿਆਦਾ ਸਮੇਂ ਸਪੈਂਡ ਕਰਨ ਦੀ ਕੋਸ਼ਿਸ਼ ਕਰਦਾ ਹੈ ਜੇ ਰੱਬ ਨਾਲ ਜ਼ਿਆਦਾ ਪਿਆਰ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਸਾਡਾ ਟਾਈਮ ਜ਼ਿਆਦਾ ਰਬ ਦੇ ਨਾਲ ਲਗੇ ਰੱਬ ਨੂੰ ਯਾਦ ਕਰੀਏ ਉਹਨਾਂ ਦੀ ਔਰ ਧਿਆਨ ਕਰੀਏ ਉਹਨਾਂ ਦੇ ਨਾਮ ਦਾ ਜਾਪ ਕਰੀਏ ਤਾਂ ਕਿ ਜਿਹੜੀ ਅਟੈਂਸ਼ਨ ਹੈ ਉਹ ਰੱਬ ਵੱਲ ਹੋ ਕਿਉਂਕਿ ਰੱਬ ਪਿਆਰ ਨਾਲ ਤੇ ਭਰਪੂਰ ਹੈ ਨਹੀਂ ਹੈ ਚੇਤਨ ਅਗਨ ਕੌਂਸ਼ੀਅਸ ਅਗਨ ਸੱਚਾਈ ਦੇ ਮਹਾਸਾਗਰ ਅਗਨ ਤੇ ਜਦੋਂ ਅਸੀਂ ਜੁੜਨੇ ਆ ਤੇ ਅਸੀਂ ਵੀ ਆਪਣੇ ਆਪ ਨੂੰ ਉਸੇ ਸਟੇਟ ਵਿੱਚ ਪਾਣਾ ਸ਼ੁਰੂ ਕਰ ਦਿੰਨੇ ਆ। ਹੋ ਜਦ ਅਸੀਂ ਉਸ ਪਿਓਰ ਸਟੇਟ ਵਿੱਚ ਪਾਉਣੇ ਆ ਤਾਂ ਜਾ ਕੇ ਅਸੀਂ ਰੱਬ ਦੇ ਵਿੱਚ ਜਾ ਕੇ ਲੀਨ ਹੋ ਸਕਨੇ ਆ। ਤੇ ਕਬੀਰ ਸਾਹਿਬ ਸਾਨੂੰ ਸਮਝਾ ਰਹੇ ਨੇ ਕਿ ਅਗਰ ਜ਼ਿੰਦਗੀ ਸਹੀ ਤਰੀਕੇ ਨਾਲ ਜਿਣੀ ਹੈ ਤੇ ਕਰ ਸਾਹਿਬ ਸੇ ਪ੍ਰੀਤ ਰਹਿਮਨ इंडिकेशन ਕਿ ਨੂੰ ਦੇ ਰਹੇ ਨੇ ਮਨ ਨੂੰ ਕਿਉਂ ਕਿਉਂਕਿ ਜੋ ਮਨ ਹੈ ਉਹ ਦਹੀ ਲਗਾ ਬਾਹਰ ਦੀ ਚੀਜ਼ਾਂ ਦੇ ਨਾਲ ਹੁੰਦਾ ਹੈ ਮਨ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਦੁਨੀਆ ਦੀ ਚੀਜ਼ਾਂ ਵਿੱਚ ਲੱਗੇ ਰਹੀਏ ਮਨ ਹੀ ਹੈ ਜਿਹੜੇ ਦੁਨੀਆ ਦੀ ਜਿੰਨੇ ਵੀ ਖਿਚਾਵ ਗਏ ਉਹਨਾਂ ਦੀ ਵੱਲ ਖਿੱਚਿਆ ਚਲਾ ਜਾਂਦਾ ਹੈ ਔਰ ਮਨ ਦੀ ਸਟੇਟ ਹੈ ਜਿਹੜੀ ਕਿ ਅਗਰ ਰੱਬ ਦੇ ਪਿਆਰ ਦੇ ਵੱਲ ਚੁੱਕ ਜਾਏ ਤੇ ਫਿਰ ਮਨ ਸਾਨੂੰ ਰੱਬ ਦੇ ਵੱਲ ਲੈ ਕੇ ਜਾਏਗਾ ਸੰਦਰਸ਼ਨ ਸਿੰਘ ਜੀ ਮਹਾਰਾਜ ਬੜੀ ਬਾਤ ਸੰਗਾਈ ਫਰਮਾਇਆ ਕਰਦੇ ਸੇ ਕਿ ਮਨ ਨਾਲ ਅਸੀਂ ਲੜਾਈ ਨਹੀਂ ਕਰਨੀ ਕਿ ਮਨ ਬਹੁਤ ਤਾਕਤਵਰ ਹੈ ਸਾਨੂੰ ਉਹਦੇ ਨਾਲ ਦੋਸਤੀ ਕਰਨੀ ਹੈ ਉਹਨੂੰ ਸਮਝਾਣਾ ਹੈ ਕਿ ਇਹ ਜਿਹੜੀ ਦੁਨੀਆ ਹੈ ਇਹ ਵੀ ਉਹਦਾ ਘਰ ਨਹੀਂ ਹੈਗਾ ਉਹ ਜ਼ਕਰ ਤੀਜੀ ਮੰਜ਼ਲ ਵਿੱਚ ਹੈ ਉਹਨੂੰ ਸਮਝਾਣਾ ਕਿ ਅਸੀਂ ਆਪਣੇ ਕਰਦੇ ਵੱਲ ਜਾਣਾ ਹੈਗਾ ਉਹ ਇਥੇ ਕਬੀਰ ਸਾਹਿਬ ਇਹੋ ਕਹਿ ਰਹੇ ਨੇ ਕਿ ਮਨ ਨੂੰ ਸਮਝਾ ਰਹੇ ਕਿ ਮਨ ਤੂੰ ਦੁਨੀਆ ਦੀ ਚੀਜ਼ਾਂ ਦੇ ਨਾਲ ਜੁੜਿਆ ਹੋਇਆ ਹੈ ਤੇਰਾ ਲਗਾਵ ਦੁਨੀਆ ਦੀ ਚੀਜ਼ਾਂ ਦੇ ਨਾਲ ਹੈ ਤੂੰ ਆਪਣਾ ਲਗਾਵ ਰੱਬ ਦੀ ਵੱਲ ਕਰ ਐਸੀ ਕਰਕੇ ਜਦ ਅਸੀ ਪਰ ਇਸ ਨੂੰ ਕਰਨੇ ਆ ਸਾਨੂੰ ਸਮਝਾਇਆ ਜਾਂਦਾ ਹੈ ਕਿ ਮਨ ਹੀ ਮਨ ਅਸੀਂ ਰੱਬ ਦੇ ਨਾਮ ਦਾ ਜਾਪ करिए ਕਿਉਂ ਕਿ ਜਦ ਮਨ ਦੇ ਵਿੱਚ ਜਾਪ ਰੱਬ ਦੇ ਨਾਮ ਦਾ ਆਏਗਾ ਮਨ ਦਾ ਧਿਆਨ ਰੱਬ ਦੇ ਵਿੱਚ ਪਏਗਾ aur ਜਦ ਮਨ ਦਾ ਧਿਆਨ ਰੱਬ ਦੇ ਵਿੱਚ ਪਏਗਾ ਤੇ ਫਿਰ ਅਸੀਂ ਰੱਬ ਦੀ ਨਜ਼ਦੀਕੀ ਦਾ ਅਨੁਭਵ ਐਕਸਪੀਰੀਅੰਸ ਕਰ ਪਾਂਗੇ ਤੇ ਕਬੀਰ ਸਭ ਇਹ ਸਾਨੂੰ ਇਹ ਸਮਝਾ ਰਹੇ ਕਿ ਕਿ ਜ਼ਿੰਦਗੀ ਜਿਣੀ ਹੈ ਤੇ ਅਸੀਂ ਆਪਣੇ ਅੰਦਰ ਰੱਬ ਵਸਤੇ ਪਿਆਰ ਨੂੰ ਜਾਗਰਤ ਕਰੀਏ ਉਹ ਰਗੇ ਫਰਮਾ ਰਹੇ ਕਿ ਐਸਾ ਸਮੇ ਬਹੁਤ ਨਹੀਂ ਪੇ ਹੋ ਜੇ ਹੋ ਔਸਰ ਬੀਤ ਉਹ ਫਰਮਾ ਰਹੇ ਕਿ ਇਹ ਜਿਹੜੇ ਸਾਨੂੰ ਅਪਰਚੁਨਿਟੀ ਮਿਲੀ ਹੈ ਇਹ ਜਿਹੜੇ ਅਸੀਂ ਮਨ ਚੋਲੇ ਦੇ ਵਿੱਚ ਹੈ ਗਏ ਇਹ ਬੜੇ ਬਾਗਾ ਨਾਲ ਮਿਲੀ ਹੈ ਕਿ ਐਸਾ ਸਮੇਂ ਬਹਾਰ ਨਹੀਂ ਪਈਓ ਕਿਉਂਕਿ ਇਹ बार-बार ਨਹੀਂ ਮਿਲਦੀ ਜੇਹੇ ਉਸਰਬੀਤ ਕਿ ਇਹ ਅਗਰ ਜਿਹੜਾ ਸਾਨੂੰ ਟਾਈਮ ਮਿਲਿਆ ਇਸ ਮਾਨਵ ਚੋਲੇ ਝੋੰਦਾ ਜਿੰਦੇ ਵਿੱਚ ਕਿ ਰੱਬ ਨੇ ਸਾਨੂੰ ਸਭ ਮੈਕੈਨਿਜ਼ਮ ਦਿੱਤੈਨ ਜਿਹੜੇ ਸਾਨੂੰ ਚਾਹੀਦੈਨ ਆਪਣੇ ਆਪ ਨੂੰ ਸਹੀ ਰੂਪ ਵਿੱਚ ਜਾਣਨ ਵਿੱਚ ਔਰ ਰੱਬ ਨੂੰ ਪਾਣ ਵਿੱਚ ਤੇ ਇਸ ਮੌਕੇ ਨੂੰ ਅਸੀਂ ਗਵਾਣਾ ਨਹੀਂ इन सुनारा मौका किया गया बार 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 महापुर समझा दें कि चौरासी लाख जिया जून विच, सब तू जो उत्तम चोला है वो मानव चोला तो ये रब ने विवेक की करैक्टरिस्टिक दिखी है कि सच की है झूठ की है निर्णय कर सकते हैं और सच्चाई के वाल कदम बढ़ा सकते हैं और सिर्फ मानव चोले के असी ਆਪਣੇ ਆਪ ਨੂੰ ਸਹੀ ਰੂਪ ਵਿੱਚ ਜਾਣ ਸਕਨੇ ਆਂ ਔਰ ਆਪ ਨੂੰ ਪਾ ਸਕਨੇ ਆਂ ਤੇ ਜਿੰਨੂ ਕਿ ਡਾਰਕ ਨਾਈਟ ਆਫ ਦ ਸੋਲ ਕਿਹਾ ਗਿਆ ਕਿ ਜਦ ਸਾਡੀ ਰੂਹ ਅਲਗ-ਅਲਗ ਯੋਨੀਆਂ ਵਿੱਚ ਭੜਕ ਰਹੀ ਸੀ ਕਦੇ ਕਿ ਜਾਨਵਰ ਦੀ ਰੂਹ ਦੀ ਬਾਡੀ ਵਿੱਚ ਕਦੀ ਕਿਸੇ ਪਰਿੰਦੇ ਦੀ ਬਾਡੀ ਵਿੱਚ ਕਿਸੇ ਦੀ ਮਰਦ ਦੀ ਬਾਡੀ ਵਿੱਚ ਜਾਂ ਕਿਸੇ ਹੋਰ ਵੀ ਜੀਵ ਦੀ ਰੂਹ ਵਿੱਚ ਹੋਏ ਉਹਨੂੰ ਕੋਈ ਓਪਰਚੁਨਿਟੀ ਨਹੀਂ ਸੀ ਕਿ ਉਹ ਆਪਣੇ ਆਪ ਨੂੰ ਜਾਣ ਸਕੇ ਤੇ ਕਈ ਲੱਖੋ ਕਰੋੜਾਂ ਸਾਲਾਂ ਦੇ ਬਾਅਦ ਇਹਨਾਂ ਨੂੰ ਮੌਕਾ ਮਿਲਿਆ ਰੱਬ ਸਾਡੇ ਤੇ ਕਿਸੇ ਕਾਰਨ ਖੁਸ਼ ਹੋ ਗਏ ਉਹਨਾਂ ਨੂੰ ਦਇਆ ਆ ਗਈ ਉਹ ਕਿਰਪਾਲੂ ਹੋ ਗਏ ਦਇਆਲੂ ਹੋ ਗਏ ਤੇ ਉਹਨਾਂ ਨੇ ਸਾਡੀ ਆਤਮਾ ਜਿਹੜਾ ਕਿ ਸਾਡਾ ਸਹੀ ਰੂਪ ਹੈ ਉਹਨੂੰ ਇਹ ਮਾਨਵ ਚੋਲਾ ਦੇ ਦਿੱਤਾ ਇਹ ਰੱਬ ਦੀ ਦੇਣ ਹੈ ਸਾਡੇ ਕਰਕੇ ਕੁਝ ਨਹੀਂ ਹੋਇਆ ਰੱਬ ਨੇ ਸਾਨੂੰ ਚੁਣ ਲਿਆ ਇਹ ਮੌਕਾ ਦਿੱਤਾ ਇੱਕ ਆਪਣੇ ਆਪ ਨੂੰ ਸਹੀ ਸਟੇਟ ਦੇ ਵਿੱਚ ਜਾਣਨ ਦਾ ਪਹਿਚਾਨਣ ਦਾ ਔਰ 84 ਲੱਖ ਜਿਆਜੰਤੂ छुटਕਾਰਾ ਪਾੰਦਾ ਕਿ ਆਪਣੀ ਆਤਮਾ ਦਾ ਮਿਲਾਪ ਰੱਬ ਨਾਲ ਕਰਾਂਦਾ ਸੋ ਇਹ ਜਿਹੜਾ ਮੌਕਾ ਸਾਨੂੰ ਮਿਲਿਆ ਹੈ ਉਹਨੂੰ ਅਸੀਂ ਗਵਾਉਣਾ ਨਹੀਂ ਕਿਉਂਕਿ ਇਹ ਬੜੇ ਪਾਗਾ ਨਾਲ ਮਿਲਦਾ ਹੈ और अगर ए चला गया फिर अगर असं सोचिए कि अगर चौरासी लाख जे जून के हर एक जाना सेगा तो कितने लखों करोड़ों साल हो जाएंगे जैसे सू फिर कोई मौका मिलेगा इस करके जब भी महापुरुष से आए उन्होंने बार 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 यही समझाया कि असी नारे मौके गवाइए ना अपना ध्यान रब दल करिए ज्यादा तो ज़्यादा समय ਭਜਨ ਅਭਿਆਸ ਵੀ ਦਈਏ ਤਾਂ ਕਿ ਆਪਣੇ ਆਪ ਨੂੰ ਜਾਣੀਏ ਕਿ ਅਸੀਂ ਸਰੀਰ ਨਹੀਂ ਅਸੀਂ ਮਨ ਨਹੀਂ ਅਸੀਂ ਆਪਣੀ ਬੁੱਧੀ ਨਹੀਂ ਲੇਕਿਨ ਅਸੀਂ ਆਤਮਾ ਇੱਕ ਰੂਹ ਹੈਗੇ ਆ ਔਰ ਉਹ ਰੂਹ ਉਹ ਰੱਬ ਦਾ ਇੱਕ ਹਿੱਸਾ ਹੈਗਾ ਔਰ ਉਹ ਰੂਹ ਰੱਬ ਨੂੰ ਜਾਣ ਸਕਦੀ ਹੈ ਪਛਾਨ ਸਕਦੀ ਹੈ ਉਹਨਾਂ ਨਾਲ ਮਿਲ ਸਕਦੀ ਹੈ ਉਹਦੇ ਨਾਲ ਜੁੜ ਸਕਦੀ ਹੈ ਤੇ ਕਵੀ ਸਾਹਿਬ ਸਾਨੂੰ ਇਹੋ ਚੇਤਾਵਨੀ ਦੇ ਰਹੇ ਨੇ ਕਿ ਇਹ ਇੱਕ ਮੌਕਾ ਹੈਗਾ ਜਿੰਨੂੰ ਤੁਸੀਂ ਗਵਾਉ ਨਾ ਕਿਉਂਕਿ ਐਸੀ ਸ਼ਰੀਰ ਦੇ ਵਿੱਚ ਸਾਡਾ ਅਸਲੀ ਰੂਪ ਆਤਮਾ ਵਸਿਆ ਹੈ ਔਰ ਐਸੀ ਸ਼ਰੀਰ ਦੇ ਵਿੱਚ ਪਰਮਾਤਮਾ ਵਸਿਆ ਹੈ ਰੱਬ ਵੀ ਇਹਦੇ ਵਿੱਚ ਹੀ ਹੈਗਾ ਨਾ ਉਹ ਕਿਤੇ ਆਸਮਾਨ ਵਿੱਚ ਨਹੀਂ ਬੈਠੇ ਉਹ ਸਾਡੇ ਸਭ ਦੇ ਨਾਲ ਲੱਗੇ ਅਸੀਂ ਅੰਦਰ ਦੀ ਦੁਨੀਆ ਜਾਣਾ ਹੈ ਤਾਂ ਕਿ ਦੋਨੋਂ ਦਾ ਮਿਲਨ ਹੋ ਇਸ ਲਈ ਕੀ ਹੈ ਸਾਡੀ ਰੂਹ ਔਰ ਰੱਬ ਦੇ ਵਿੱਚ ਮਨ ਜੋ ਹੈ ਉਹਨੇ ਦੀਵਾਰ ਬਣਾਈ ਹੈ ਕਵੀ ਸਾਹਿਬ ਮੰਨੂ ਕਰ ਰਹੇ ਹੈ ਮਨ ਤੂੰ ਰੱਬ ਦੇ ਨਾਲ ਪਿਆਰ ਕਰਕੇ ਉਹ ਦੁਨੀਆ ਦੀ ਚੀਜ਼ਾਂ ਲੱਗੇ ਆਇਆ ਤਾਂ ਕਿ ਜਿਹੜੀ ਰੂਹ ਹੈ ਜਿਸ ਨੂੰ ਇਹ ਮੌਕਾ ਮਿਲਿਆ ਹੈ ਲੱਖਾਂ ਕਰੋੜਾਂ ਸਾਲ ਬਾਅਦ ਉਹ ਵੀ ਰੱਬ ਨੂੰ ਜਾਣ सके ਪਹਿਚਾਨ सके ਤੇ ਆਪਣੀ ਮੰਜ਼ਲ ਤੱਕ ਪਹੁੰਚ ਸਕੇ ਅੱਗੇ ਕਵੀ ਸਾਹਿਬ ਫਰਮਾ ਰਹੇ ਹੈ ਕਿ ਤਨ ਸੁੰਦਰ छवि ਦੇਖ ਨਾ ਭੂਲੋ ਇਹ ਬਾਦੂ ਕੀ ਵੀਧ कभी साहब समझा रहे हैं कि ज़्यादा लोग अपने शरीर को देख दें तंदुरुस्त शरीर होए या खूबसूरत किसन लगे तो इंसान सोचता है कि बहुत अच्छी चीज़ हो रही है उस और खिंचा चला जाता है तो हैं कि तन सुंदर छवि देख ना भूलो ये बारू की बीत वो समझा रहे हैं कि यह जड़े शरीर बनया है ਇਹ ਜੜਤਾ ਦਾ ਬਣਾ ਜਿੰ ਜਿੰ ਜ ਰੇਤ ਹੁੰਦੀ ਹੈ ਰੇਤ ਨੂੰ ਅਗਰ ਜੋੜ ਦਿਓ ਤੇ ਸ਼ਰੀਰ ਬਣਿਆ ਹੋਇਆ ਹੈ ਜਦੋਂ ਚੁੜਦੀ ਹੈ ਤੇ ਇੱਕਦਮ ਸਭ ਚੀਜ਼ਾਂ ਅਲੱਗ-ਅਲੱਗ ਹੋ ਜਾਂਦੀ ਹੈ ਤੇ ਕਹਿ ਰਹੇ ਨੇ ਕਿ ਇਹਨੂੰ ਤੁਸੀਂ ਐ ਨਾ ਸਮਝੋ ਕਿ ਇਹ ਸਦਾ ਸਦਾ ਵਾਸਤੇ ਰਹੇਗਾ ਤੁਸੀਂ ਜਾਣੋ ਕਿ ਸਾਨੂੰ ਬਾਹਰ ਦੀ ਇੰਦਰੀਆਂ ਦੇ ਜ਼ਰੀਏ ਕੋਈ ਚੀਜ਼ ਅਗਰ ਤਨਰੂਸ ਰੱਖਦੀ ਹੈ ਖਸੂਰ ਰੱਖਦੀ ਹੈ ਤੇ ਸਾਨੂੰ ਉਸ ਲੈਵਲ ਤੱਕ ਨਹੀਂ ਜੀਣਾ ਸਾਨੂੰ ਅੰਦਰੂਨੀ ਰੂਪ ਵੀ ਜੋ ਤੰਦਰੁਸਤ ਤੇ ਸੁੰਦਰ ਲੱਗਦਾ ਉਹ 'ਤੇ ਧਿਆਨ ਦੇਣਾ ਹੈ। ਔਰ ਅੰਦਰੂਨੀ ਰੂਪ ਵੀ ਸੁੰਦਰ ਕੀ ਲੱਗਦਾ ਇਨਸਾਨ ਨੂੰ? ਇਹ ਕੋਰਾ ਆਤਮਾ। ਅਗਰ ਅਸੀਂ ਬਾਹਰੋਂ ਦੇਖੇ ਬਾਹਰੋਂ ਤੇ ਸਭ ਸਾਨੂੰ ਅਲੱਗ-ਅਲੱਗ ਲੱਗਦੇ ਨੇ। ਲੇਕਿਨ ਜੇ ਅੰਤਰੀ ਰੂਪ ਕਿਸੇ ਦਾ ਦੇਖਨੇ ਆ, ਅਸਲੀ ਰੂਪ ਦੇਖਨੇ ਆ ਤੇ ਸਾਨੂੰ ਇਹ ਰੂਪ ਹੈ, ਇੱਕ ਆਤਮਾ ਹੈਗੀ ਹੈ। ਔਰ ਜੇ ਸਾਨੂੰ ਇਹ ਖੁਦ ਐਕਸਪੀਰੀਅੰਸ ਹੋ ਜਾਂਦਾ ਕਿ ਅਸੀਂ ਵੀ ਇੱਕ ਰੂਹ ਦਾ ਆਤਮਾ ਤੇ ਸਾਡਾ ਲਗਾਅ ਹੋਰਾਂ ਨਾਲ ਹੋਣਾ ਸ਼ੁਰੂ ਹੋ ਜਾਂਦਾ ਹੈ ਸਾਡਾ ਪਿਆਰ ਉਹਨਾਂ ਨਾਲ ਵਧਣਾ ਸ਼ੁਰੂ ਹੋ ਜਾਂਦਾ ਹੈ ਕਿ ਸਾਨੂੰ ਲੱਗਦਾ ਉਹ ਤਾਂ ਸਾਡੇ ਆਪਣੇ ਹੀ ਅਗੇ ਸਾਡੇ ਕੋਲ ਪਰੇ ਨਹੀਂ ਅਗੇ ਸਾਡੇ ਕੋਲ ਦੂਰ ਨਹੀਂ ਅਗੇ ਔਰ ਇਸ ਕਿਸਮ ਦੀ ਜ਼ਿੰਦਗੀ ਜਿੰਦੇ ਚ ਅਸੀਂ ਸਭ ਨੂੰ ਆਪਣਾ ਹੀ ਸਮਝੀਏ ਜਦ ਇਨਸਾਨ ਐਸੀ ਜ਼ਿੰਦਗੀ ਜਿੰਦਾ ਹੈ ਫਿਰ ਉਹ ਦੇਖਦਾ ਹੈ ਕਿ ਉਹਦੇ ਆਸ-ਪਾਸ ਐਟਮੋਸਫੇਅਰ ਸ਼ਾਂਤ ਰਹਿੰਦਾ ਹੈ ਪਿਆਰ ਨਾਲ ਭਰਿਆ ਹੋਇਆ ਹੁੰਦਾ ਹੈ। ਔਰ ਸਾਰੀ ਚੀਜ਼ਾਂ ਹੁੰਦੀਆਂ ਬੜੀ ਆਰਾਮ ਨਾਲ ਹੋਣੀਆਂ ਸ਼ੁਰੂ ਹੋ ਜਾਂਦੀਆਂ। ਜਦ ਅਸੀਂ ਆਪਣੇ ਆਪ ਨੂੰ ਹਲਕ ਸੋਨਿਆ ਹੋ ਰਾ ਨਾਲ ਤੇ ਬੋਸੀ ਚੀਜ਼ਾਂ ਸਾਡੀ ਲਾਈਫ ਵਿੱਚ ਆ ਜਾਂਦੀਆਂ। ਇੱਕ ਤੇ ਹਰੇਕ ਇਨਸਾਨ ਸੋਚਦਾ ਹੈ ਕਿ ਮੈਂ ਦੂਜੇ ਕੋਲ ਚੰਗਾ ਬਣਾ। ਸੋਚਦਾ ਮੈਂ ਪ੍ਰੋਸਪਰ ਜਿਆਦਾ ਹਾਂ, ਮੇਰਾ ਜਮਾਤ ਜਿਆਦਾ ਚੱਲੇ, ਮੇਰਾ ਜਨਰਲ ਨੋਲੇਜ ਜਿਆਦਾ ਹੋਵੇ, ਮੈਂ ਦਿਖਣ ਖਸੂਰਤ ਜਿਆਦਾ ਲਗਾ। ਮੈਨੂੰ ਦੁਰਸ ਜਿਆਦਾ ਲਗਾ ਹਰ ਇੱਕ ਇਨਸਾਨ ਇਹ ਸੋਚਦਾ ਹੈ ਉਹਨਾਂ ਨੂੰ ਕੀ ਹੁੰਦਾ ਹੈ ਕਿ ਇਨਸਾਨ ਦੇ ਅੰਦਰ ਜੈਲਸੀ ਆਣੀ ਸ਼ੁਰੂ ਹੋ ਜਾਂਦੀ ਹੋਰਾਂ ਦੇ ਨਾਲ ਹਰਦੇ ਨੇ ਕੋਈ ਸਾਡੇ ਕੋਲ ਚੰਗਾ ਕਰ ਰਿਹਾ ਸੀ ਸੋਨਿਆ ਇਹ ਕਿਉਂ ਕਰ ਰਿਹਾ ਹੈ ਸਾਡੇ ਕੋਲ ਚੰਗਾ ਉਹ ਜਿਹੜੀ ਦੁਸ਼ਤ ਅਸੀਂ ਕਰ ਲੈਂਦੇ ਆ ਜਦ ਅਸੀਂ ਆਪਣੇ ਆਪ ਨੂੰ ਸਿਰਫ ਸ਼ਰੀਰ ਹੀ ਦੇਖਦੇ ਆਂ ਤੇ ਕਵੀ ਸਰ ਸਮਝਾ ਰਹੇ ਕਿ ਐਨਾ ਸੋਚੋ ਕਿ ਸਰੀਰ ਸਦਾ ਸਦਾ ਤੱਕ ਰਹੇਗਾ ਜਦ ਇਹ ਜਾਣਾ ਤਾਂ ਪਤਾ ਨਹੀਂ ਲੱਗਦਾ ਕਿ ਇੱਕ ਦਿਨ ਕਿੰਨ ਚਲਾ ਜਾਂਦਾ ਹੈ ਜਿਵੇਂ ਜੇ ਕੋਈ ਰੇਤ ਦੀ ਤੁਸੀਂ ਪਹਾੜ ਬਣਾਇਆ ਹੋਵੇ ਤੈਨੂੰ ਜਿਹੜਾ ਛੁੱਟਾ ਲਗੇ ਸਾਰੇ ਸਾਰੇ ਰੇਤ ਵਿਖਰ ਜਾਂਦੀ ਹੈ ਇਹ ਸਰੀਰ ਦਾ ਵੀ ਉਹੀ ਹਾਲ ਹੁੰਦਾ ਹੈ ਸਮਝਾ ਰਹੇ ਕਿ ਲਗਾਵ ਕਰਨਾ ਹੈ ਤੇ ਉਹਨਾਂ ਦੇ ਨਾਲ ਕਰੋ ਨਾ ਜਿਹੜੇ ਸਦਾ ਸਦਾ ਵਿੱਚ ਤੇ ਹੋਣਗੇ ਤਹੀਂ ਉਹ ਅਗੇ ਸਮਝਾ ਰਹੇ ਸੀ ਕਿ ਕਰ ਸਾਹਿਬ ਸੇ ਪ੍ਰੀਜ਼ ਰਹਿਮਨ ਜੇ ਪਿਆਰ ਕਰਨਾ ਹੈ ਤੇ ਸਰੀਰ ਦੇ ਨਾਲ ਨਹੀਂ ਰੱਬ ਦੇ ਨਾਲ ਪਿਆਰ ਹੋਣਾ ਚਾਹੀਦਾ ਔਰ ਰੱਬ ਦੇ ਨਾਲ ਇਨਸਾਨ ਪਿਆਰ ਕਿਵੇਂ ਕਰੇ ਕੁਝ ਉਹਨਾਂ ਦਾ ਸਾਨੂੰ ਐਕਸਪੀਰੀਅੰਸ ਹੋਗਾ ਤਾਂ ਹੀ ਉਹਨਾਂ ਨਾਲ ਪਿਆਰ ਵਧੇਗਾ ਉਹਦੇ ਕਰਕੇ ਬਾਰ-ਬਾਰ ਸਮਝਾਇਆ ਜਾਂਦਾ ਹੈ ਕਿ ਅਸੀਂ ਅਭਿਆਸ करिए ਭਜਨ ਸਿਮਰਨ करिए ਉਹਨੂੰ ਮੈਡੀਟੇਸ਼ਨ करिए ਜਾਂ ਕਿਸੇ ਹੋਰ ਨਾਮ ਨਾਲ ਪੁਕਾਰੀਏ ਕਿ ਅਸੀਂ ਆਪਣਾ ਧਿਆਨ ਅੰਦਰ ਦੀ ਦੁਨੀਆ ਜੋ ਲਾਈ ਕਿ ਸਾਡੇ ਅੰਦਰ ਰੂਹਾਨੀ ਖਜ਼ਾਨੇ ਭਰਪੂਰ ਹੈਗੇ ਅਸੀਂ ਸਿਰਫ ਉਥੇ ਜਾਣਾ ਹੈ ਹਰ ਇੱਕ ਇਨਸਾਨ ਦੇ ਵਿੱਚ ਇੱਥੇ ਇਹ ਦਸਵਾਂ ਦਵਾਰ ਹੈ ਇਹਨੂੰ ਸ਼ਿਵ ਨੇਤਰ ਕਹੀਏ ਦਸਵਾਂ ਦਵਾਰ ਕਹੀਏ ਸਿੰਗਲ ਯਾ ਥਰਡ ਆਈ ਕਹੀਏ ਕਿ ਇਹ ਬਾਹਰ ਦੀ ਔਰ ਨਹੀਂ ਖੁੱਲਦੀ ਹੈ ਅੰਦਰ ਦੀ ਦੁਨੀਆ ਦੀ ਔਰ ਖੁੱਲਦੀ ਹੈ ਸਾਨੂੰ ਸਿੱਖਣਾ ਹੈ ਕਿ ਅਸੀਂ अंदर दुनिया केंच। शरीर जाइ किंचर ऐसी जगह ढूंढी जितने शोरगुल नहीं हो रहा सुनन की इंदरी अंदर नई हम बड़े लोग कट्ठे हो गए, मेडिटेट कर सकते हैं, पर आया देखना है शरीर का ऐसा किसी और ना तो जी स्पर्श की अंदरी है अंदर नसी कि बैठ के अभ्यास कर सकते सारा जमीन रब ने बनाई हुई है सारा यूनिवर्स रब ने बनाया इंसान किसी भी अभ्यास कर सकता है यही कि यह जगह रब ज़्यादा चंकी है या वो जगह ज़्यादा चंकी है या जगह नसी सुगर्द है कुछ भी बदलवा तो नग के थ्रू जो सूने देंद्री है उससे असर पैदा है ताकि वह शांत रहे اسی اسی بیٹھ کے અભ્યાસ ਕਰਨ ਦੀ ਕੋਸ਼ਿਸ਼ ਕਰਾਂਗੇ। ਇਹ ਵੀ ਦੇਖਣਾ ਕਿ ਤਾਂਸੀਂ ਖਾ ਪੀਆਗੇ ਨਹੀਂ ਨਹੀਂ ਤੇ ਚਖਣੇ ਦੀ ਇੰਦਰੀ ਸਾਨੂੰ ਤੰਗ ਰਹੀ। ਫਿਰ ਅੱਖਾਂ ਬੰਦ ਕਰੀਏ ਤੇ ਪੰਜਵੀਂ ਇੰਦਰੀ ਵੀ ਬੰਦ ਹੋ ਗਈ। ਤੇ ਪੰਜੋ ਇੰਦਰੀਆਂ ਨੂੰ ਬੰਦ ਕਰਨਾ ਬਹੁਤ ਆਸਾਨ ਹੈ। ਜਿੰਝ ਪੰਜ ਇੰਦਰੀਆਂ ਨੂੰ ਬੰਦ ਕਰਨੇ ਆ ਤੇ ਜਿਹੜਾ ਸਾਡਾ ਮਨ ਹੈ ਜੋ ਨਹੀਂ ਚਾਹੁੰਦਾ ਕਿ ਸਿਰਫ ਰੱਬ ਨੂੰ ਜਾਣੀਏ। ਉਹ ਕੋਈ ਨਾ ਕੋਈ ਸਾਨੂੰ ਥਾਟ ਵਿਚਾਰ ਭੇਜਦਾ। ਖਿਆਲ ਭੇਜਦਾ। ਸਾਨੂੰ ਖਿਆਲ ਆਇਆ ਨਹੀਂ ਕਿ ਸਾਰਾ ਧਿਆਨ ਉਸ ਖਿਆਲ ਵਿੱਚ ਚਲਾ ਜਾਂਦਾ ਤੇ ਅਸੀਂ ਉਸ ਸਟੇਟ ਤੱਕ ਪਹੁੰਚ ਸਕੀਏ ਜਿੱਥੇ ਸਾਨੂੰ ਖਿਆਲ ਨਾ ਨਾ ਆਵੇ ਤੇ ਵਾਪਸ ਸਮਝਾ ਗਏ ਅਗੇ ਕਿ ਖਿਆਲ ਮੰਤੂ ਆਣਨ ਮਨ ਹੀ ਮਨ ਅਸੀਂ ਰੱਬ ਦੇ ਨਾਮ ਦਾ ਜਾਪ ਕਰੀਏ ਰੱਬ ਦੇ ਨਾਮ ਦਾ ਜਾਪ ਕਰਨਾ ਰੱਬ ਦੇਵਾਲ ਤੇਨ ਕਰਨਾ ਰਬ ਨਾਲ ਪ੍ਰੇਮ ਕਰਨਾ ਹੈਗਾ ਪਿਆਰ ਕਰਨਾ ਹੈਗਾ ਸੋ ਜਦ ਅਸੀਂ ਬੈਠਨੇ ਆ ਪ੍ਰੈਸਨਲ ਕਰਨ ਵਾਸਤੇ ਔਰ ਮਨ ਨਹੀਂ ਮਨ ਰਬ ਦੇ ਨਾਮ ਦਾ ਜਾਪ ਕਰਨੇ ਆ ਤੇ ਫਿਰ ਸਾਡੇ ਸਾਹਮਣੇ ਰੋਸ਼ਨੀ ਸਾਨੂੰ ਦਿਖਣੀ ਸ਼ੁਰੂ ਹੁੰਦੀ ਹੈ ਰਬ ਦੇ ਦੋ ਰੂਪ ਹੈ ਜੋਤੀ ਔਰ ਸ਼ੁੱਤੀ ਲਾਈਟ ਐਂਡ ਸਾਊਂਡ ਪ੍ਰਭੂ ਦੀ ਸਤਾ ਇਹਨੂੰ ਸ਼ਬਦ ਕਿਹਾ ਗਿਆ ਹੈ ਉਹਦੇ ਦੋ ਹਿੱਸੇ ਹਨ ਇੱਕ ਰੌਸ਼ਨੀ ਤੇ ਆਵਾਜ਼ ਔਰ ਉਹਨਾਂ ਨੂੰ ਫੜ ਕੇ ਅਸੀਂ ਅੰਦਰ ਦੀ ਦੁਨੀਆ ਦੇ ਵੱਲ ਜਾਣ ਦੇ ਲਾਇਕ ਹੁੰਦੇ ਆ ਤੇ ਕਬੀਰ ਸਾਹਿਬ ਸਨ ਇਹੋ ਸਮਝਾ ਰਹੇ ਆ ਕਿ ਐ ਨਾ ਸੋਚੋ ਕਿ ਸਭ ਕੁਝ ਸਰੀਰ ਦੇ ਵਿੱਚ ਹੈ ਐਨੇ ਥੋੜੀ ਦੇਰ ਰਹਿਣਾ ਔਰ ਜਿੰਨੀ ਦੇਰ ਨੇ ਰਹਿਣਾ ਹੈ ਉਹ ਟਾਈਮ ਤੁਹਾਡਾ ਬੜਾ ਕੀਮਤੀ ਹੈ ਕਿਉਂਕਿ ਉਹਦੇ ਵਿੱਚ ਹੀ ਤੁਸੀਂ ਰੱਬ ਨੂੰ ਜਾਣ ਸਕਦੇ ਹੋ ਪਛਾਨ ਸਕਦੇ ਹੋ ਰੱਬ ਦੇ ਨਾਲ ਲਿਕਮਿਕ ਹੋ ਸਕਦੇ ਹੋ ਤੇ ਆਪਣਾ ਧਿਆਨ ਸਾਨੂੰ ਰੱਬ ਦੇ ਵੱਲ ਕਰਨਾ ਚਾਹੀਦਾ ਉਹਨਾਂ ਨਾਲ ਲਗਾਵ ਕਰਨਾ ਚਾਹੀਦਾ ਹੈ। ਔਰ ਜਦ ਅਸੀਂ ਭਜਨ ਅਭਿਆਸ ਕਰਾਂਗੇ ਤੇ ਰੱਬ ਨੂੰ ਅਸੀਂ ਜਾਣਨ ਨਾ ਸ਼ੁਰੂ ਕਰ ਦੇਵਾਂਗੇ ਔਰ ਜਿੰਨਾ ਜ਼ਿਆਦਾ ਅਭਿਆਸ ਆਲਾ ਵੱਧਾ ਜਾਏਗਾ ਉਤਨੀ ਸਾਨੂੰ ਪਿਤਾ ਪਰਮੇਸ਼ਰ ਦੀ ਨਜ਼ਦੀਕੀ ਮਿਲਣੀ ਸ਼ੁਰੂ ਹੋ ਜਾਏਗੀ ਔਰ ਜਿੰਨਾ नज़दीकी मिलेगी उतना असं अंदरों शांत हो गए जिन मकसद बथे आए हाँ अपने आप को सही रूप में देखना कि एक आत्मा हाँ वह एक्सपीरियंस होएगा और साढ़े कदम फिर परमात्मा की और तेजी बदने शुरू हो जाएंगे सब तो जरूरी है कि अगर रब का अनुभव करना एक्सपीरियंस करना है, अगर असं पिता परमेश्वर ਤੇ ਅਸੀਂ ਉਹਨਾਂ ਦੀ نزدیکی ਪਾਈ ਹੈ। ਉਹ نزدیکی ਤਦ ਮਿਲੇਗੀ ਜਦ ਕਿ ਅਸੀਂ ਅੰਦਰ ਦੀ ਦੁਨੀਆ ਜਾਵਾਂਗੇ। ਔਰ ਅੰਦਰ ਦੀ ਦੁਨੀਆ ਜਾਣ ਵਾਸਤੇ ਹੀ ਅਸੀਂ ਅਭਿਆਸ ਕਰਨ ਵਾਸਤੇ ਬੈਠਨੇ ਹਾਂ। ਤੇ ਮਹਾਪੁਰ ਜਦ ਵੀ ਇਸ ਸਰਤੀ ਤੇ ਆਂਦੇ ਨੂੰ ਬਾਰ-ਬਾਰ ਬਾਤ ਸੁਣੋ ਹੀ ਸਮਝਾਉਂਦੇ ਨੇ ਕਿ ਐਸੀ ਮਕਸਦ ਨਾਲ ਅਸੀਂ ਸਭ ਇੱਥੇ ਆਏ ਹੋਇਆ। ਜਿੰਨਾ ਜਲਦੀ अभी अपना ध्यान रब वल कर पाँगे उतना ही ज़्यादा टाइम साढ़े को अपनी मंजिल तक पहुँचने वास्ते तो इस समय अभी गवाना नहीं और कबीर साहब भी यही समझा रहे हैं कि रब प्यार करिए अपनी मंजिल की और वजिए अभी अपने मकसद में जरूर पूरा कर पाँगे तो असी सब थोड़ी देर वास्ते अभ्यास करते बैठ जाइए तो जिते बैठे आराम बैठ जाओ ਆਪਣੇ ਅੱਖਾਂ ਬੰਦ ਕਰ ਲਓ ਇਹ ਜੋ ਅੱਖਾਂ ਦੇ ਢਿਲੇ ਹਨ ਆਈ ਬੋਲ ਦੇ ਸਿੱਧੇ ਸਾਹਮਣੇ ਫੋਕਸ ਹੋਣ ਜੀ ਅਰਧ ਚਿੰਤ ਉਸ ਸਾਹਮਣੇ ਫੋਕਸ ਕਰਦੇ ਹੋ ਅੱਖਾਂ ਬੰਦ ਕਰਦੇ ਹੀ ਉਹ ਪੈਨਪੜਾ ਜਿਹਨਾਂ ਨੂੰ ਨਾਮ ਦੀ ਦੇਣ ਮਿਲੀ ਹੈ ਤੁਸੀਂ ਸਿਮਰਨ ਕਰੋ ਔਰ ਜਿਹੜੇ ਪੈਨਪੜਾ ਤੇ ਨਵੇਂ ਹਨ ਤੁਸੀਂ ਆ ਰੱਬ ਦੇ ਕਿਸੇ ਵੀ ਨਾਮ ਦਾ ਜਾਪ ਕਰ ਸਕਦੇ ਹੋ ਜੇ ਆਪ ਮਨ ਹੀ ਮਨ ਕਰ ਲੈ ਉੱਚਾ ਨਹੀਂ ਦੁਰਾਣਾ ਉੱਚਾ ਦੁਰਾਉਗੀ ਕਾਣਾ ਸਾਈ ਦੇਗਾ ध्यान बाहर दिखल जाएगा थोड़ा चाह के सारा ध्यान अंदर दिखल जाए कई नज़ारेनुखन मिलन गए शुरू शुरू तो है रोशनी आके जा रही है रोशनी तरह तरह के रंगा की हो सकती है टाइम लगद् रोशनियाँ टिका तो हो रहा तो है कि प्रभु की जोड़ी रोशनी है जोत है वो थोड़े सब अंदर की है जब थोड़ा ध्यान टिका दिखाई देती है जब थोड़ा ध्यान टिकया नहीं होंगे ਤਨੋਂ ਦੇਖਦਾ ਤੇ ਟੈਂਟ ਦੇ ਨਾਲ ਜੈਸੇ ਜੈਸੇ ਤੁਹਾਡਾ ਧਿਆਨ ਠੀਕ ਦਾ ਚੱਲਿਆ ਗਿਆ ਤੁਹਾਨੂੰ ਐਂ ਲੱਗਿਆ ਜਿਨ ਰੌਸ਼ਨੀਆਂ ਟਿੱਕੀਆਂ ਹੋਈਆਂ ਫਿਰ ਉਹਦੇ ਗਿਆ ਸਿਤਾਰੇ ਚੰਦਰਮਾ ਸੂਰੇ ਐਸ ਕਿਸਮ ਦੇ ਨਜ਼ਾਰੇ ਦੇਖਣ ਨੂੰ ਮਿਲਣਗੇ ਜੋ ਕੁਝ ਦਿਖਦਾ ਉਹ ਤੇ ਵਿੱਚ ਸਖੀ ਤੇ ਜੋ ਜੋ ਸਾਡੇ ਵਾਸਤੇ ਬਿਹਤਰ ਹੈ ਉਹ ਹੀ ਉਹ ਨਜ਼ਾਰੇ ਸਾਡੇ ਵਾਸਤੇ ਖੁੱਲਨੇ ਸ਼ੁਰੂ ਹੋ ਜਾਂਦੇ ਤੇ ਮੇਰੀ ਆ पिता परमेश्वर ਦੇ ਚਰਨ ਕਮਲ ਬਣਾ ਵਿੱਚ ਜੋ ਪਹਿਲੀ ਸੰਚਿਤ ਮਾਪੂਸ ਹੋਇਨ ਹਜ਼ਰ ਬਾਬਾ 사ਵਨ ਸਿੰਘ ਜੀ ਮਹਾਰਾਜ ਪਰਮ ਸੰਤ ਕੇ ਪਾਲ ਸਿੰਘ ਜੀ ਮਹਾਰਾਜ ਆਧਿਆਰ ਪਰ ਸੰਦਰਸ਼ਨ ਸਿੰਘ ਜੀ ਮਹਾਰਾਜ ਚਰਨ ਕਮਲਾ ਚਾਹੀਏ ਉਹ ਪ੍ਰਾਰਥਨਾ ਹੈ ਕਿ ਜੋ ਜੋ ਸਾਡੇ ਸਾਹਵਸ ਤੇ ਬਿਹਤਰ ਹੋਏ ਉਹ ਇਹ ਸਾਦੇ ਜਿੰਦੇ ਟਲੇ ਸਾਰਾ ਧਿਆਨ ਰੱਬ ਦੇ ਵੱਲ ਔਰ ਅਸੀਂ ਅੰਦਰ ਦੀ ਦੁਨੀਆ ਦੇ ਵਿੱਚ ਵਰਦੇ ਹੋਏ ਐਸੀ ਜ਼ਿੰਦਗੀ ਵਿੱਚ ਆਪਣੀ ਆਤਮਾ ਦਾ ਮਿਲਾਪ ਪ੍ਰਮਾਤਮਾ ਨਾਲ ਕਰਾ ਪਈਏ ਥੋੜੀ ਦੇਰ ਜ ਮੈਂ ਤੁਹਾਨੂੰ ਇਸ ਬਾਰੇ ਦੱਸਾਂਗਾ ਹੋ ਮੇਰੀ ਸ਼ੁਭ ਕਾਮਨਾ ਹੈ ਤੁਹਾਡੇ ਜਪ ਦੇ ਨਾਲ ਲਈ Sure, did and please leave off.